ਜੀ ਆਪਣੀ ਹੜਤਾਲ ਅੱਜ ਕਿਉਂ ਕੀਤੀ ਗਈ, ਕੀ ਕਾਰਨ ਹੈ? ਅੱਜ ਦੀ ਜਿਹੜੀ ਨਗਰ ਨਿਗਮ ਆਫਿਸਰ ਯੂਨੀਅਨ ਵੱਲੋਂ ਹੜਤਾਲ ਹੈ, ਉਹਦੇ ਵਿੱਚ ਜਿਹੜੇ ਪਿਛਲੇ ਦਿਨੀ ਮਾਣਯੋਗ ਕਮਿਸ਼ਨਰ ਜੀ ਵੱਲੋਂ ਹੁਕਮ ਕੀਤੇ ਗਏ ਆ ਕਿ ਸਾਰੇ ਹੀ ਆਫਿਸਰ SC ਤੋਂ ਲੈ ਕੇ JEE ਤੱਕ, ਇੰਸਪੈਕਟਰ ਤੋਂ ਲੈ ਕੇ ਸੁਪਰਟੈਂਡੈਂਟ, ਅਸਿਸਟੈਂਟ ਕਮਿਸ਼ਨਰ, ਜੁਆਇੰਟ ਕਮਿਸ਼ਨਰ ਤੱਕ ਸਾਰਿਆਂ ਦੀ ਡਿਊਟੀ ਜਿਹੜੀ ਹੈ ਉਹ ਕੂੜਾ ਪ੍ਰਬੰਧਨ ਵਾਸਤੇ ਡੰਪਾਂ ਦੇ ਉੱਤੇ ਲਾ ਦਿੱਤੀ ਗਈ ਹੈ। ਇਸ ਡਿਊਟੀ ਦੇ ਨਾਲ ਜਿੱਥੇ ਨਗਰ ਨਿਗਮ ਦੀਆਂ ਬਾਕੀ ਬ੍ਰਾਂਚਾਂ ਦੀ ਐਫੀਸ਼ੀਐਂਸੀ ਦੇ ਉੱਤੇ ਫਰਕ ਪੈਣਾ, ਨਗਰ ਨਿਗਮ ਦੀ ਆਮਦਨ 'ਤੇ ਫਰਕ ਪੈਣਾ, ਉੱਥੇ ਸਾਡਾ ਦੂਜੀ ਬ੍ਰਾਂਚ ਵਿੱਚ ਦਖਲ ਨਹੀਂ ਬਣਦਾ, ਜਦਕਿ ਹੈਲਥ ਬ੍ਰਾਂਚ ਆਪਣੇ ਆਪ ਦੇ ਵਿੱਚ ਪੂਰੀ ਸੰਪੂਰਨ ਬ੍ਰਾਂਚ ਆ, ਉਹਨਾਂ ਕੋਲ ਸਫੀਸ਼ੀਐਂਟ ਸਟਾਫ ਆ। ਸੋ ਅਸੀਂ ਕਮਿਸ਼ਨਰ ਸਾਹਿਬ ਨੂੰ ਕੱਲ੍ਹ ਵੀ ਮਿਲ ਕੇ ਬੇਨਤੀ ਕੀਤੀ ਸੀ ਕਿ ਅਸੀਂ ਆਪੋ ਆਪਣਾ ਕੰਮ ਜੋ ਸਾਡੀਆਂ ਬ੍ਰਾਂਚਾਂ ਦਾ ਹੈਗਾ ਉਹ ਪੂਰੀ ਤਨਦੇਹੀ ਦੇ ਨਾਲ ਕਰਾਂਗੇ, ਪਰ ਸਾਨੂੰ ਜਿਹੜਾ ਦੂਜੀ ਬ੍ਰਾਂਚ ਦਾ ਤਜਰਬਾ ਹੀ ਹੈ ਨਹੀਂ, ਨਾ ਅਸੀਂ ਸਫਾਈ ਬਾਰੇ ਕੋਈ ਦੇਖਿਆ, ਨਾ ਸੁਣਿਆ, ਨਾ ਆਪਾਂ ਕਦੀ ਉਸ ਬ੍ਰਾਂਚ ਵਿੱਚ ਗਏ ਹਾਂ, ਅਤੇ ਅਸੀਂ ਉਹਨਾਂ ਤੋਂ ਬਿਹਤਰ ਕੰਮ ਨਹੀਂ ਕਰ ਸਕਦੇ ਜੋ ਉੱਥੇ ਕਰ ਰਹੇ ਨੇ। ਤੋ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸਗੋਂ ਹੋਰ ਸਹੂਲਤਾਂ ਦੇ ਕੇ ਉਹਨਾਂ ਤੋਂ ਕੰਮ ਵਧੀਆ ਲਿਆ ਜਾਵੇ, ਨਾ ਕਿ ਜਿਹੜੇ ਅਣ ਸਿੱਖਿਆ ਬੰਦੇ ਆ ਬਾਕੀ ਬ੍ਰਾਂਚਾਂ ਦੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਸਫਾਈ ਦਾ ਜਾਂ ਕੂੜਾ ਪ੍ਰਬੰਧਨ ਦਾ, ਉਹਨਾਂ ਨੂੰ ਲਾਣਾ ਇੱਕ ਕਿਸਮ ਦਾ ਸਾਰੀ ਹੀ ਕਾਰਪੋਰੇਸ਼ਨ ਦਾ ਪ੍ਰਬੰਧ ਵਿਗੜਨ ਵਾਲੀ ਗੱਲ ਆ। ਸੋ ਅਸੀਂ ਇਹ ਬੇਨਤੀ ਕੀਤੀ ਸੀ ਵੀ ਜੇ ਆਰਡਰ ਵਾਪਸ ਨਾ ਲਏ ਗਏ ਤਾਂ ਸਾਰਾ ਹੀ ਆਫਿਸਰ ਯੂਨੀਅਨ ਹੜਤਾਲ 'ਤੇ ਜਾਏਗੀ, ਈਵਨ ਕਿ ਜੋਨ ਵੀ ਬੰਦ ਕੀਤੇ ਜਾਣਗੇ, ਕਿਉਂਕਿ ਇਹਦੇ ਨਾਲ ਸਾਡੀ ਮਾਨਸਿਕ ਪ੍ਰਤਾੜਨਾ ਹੋ ਰਹੀ ਹੈ ਸਾਰੀ। ਕੋਈ ਵੀ ਬੰਦਾ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਰਿਹਾ, ਕਿਸੇ ਵੇਲੇ ਵੀ ਸਾਹ ਸ਼ਾਮ ਨੂੰ 5 ਵਜੇ ਤੋਂ ਬਾਅਦ 7-8 ਵਜੇ VC ਕੀਤੀ ਜਾਂਦੀ ਹੈ, ਸ਼ਨੀ ਐਤਵਾਰ ਮੀਟਿੰਗਾਂ ਕੀਤੀਆਂ ਜਾਂਦੀਆਂ, ਪਰ ਉਹਨਾਂ ਮੀਟਿੰਗਾਂ ਦਾ ਰਿਜ਼ਲਟ ਕੋਈ ਨਿਕਲ ਨਹੀਂ ਰਿਹਾ। ਉਹਦਾ ਕਾਰਨ ਹੈ ਕਿ ਸਾਰੇ ਹੀ ਜਿਹੜੇ ਨੌ ਸਿੱਖੀਏ ਨੇ ਕਿਸੇ ਨੂੰ ਕੂੜਾ ਪ੍ਰਬੰਧਨ ਦਾ ਕੋਈ ਤਜਰਬਾ ਹੀ ਨਹੀਂ। ਸੋ ਸਾਡੀ ਇਹੀ ਮੰਗ ਹੈ ਕਿ ਜਿਹੜੇ ਬੰਦੇ ਇਸ ਬ੍ਰਾਂਚ ਦੇ ਨੇ, ਇਸ ਬ੍ਰਾਂਚ ਦੀ ਸਪੈਸ਼ਲਿਟੀ ਰੱਖਦੇ ਨੇ, ਜਿਨ੍ਹਾਂ ਨੂੰ ਇਸ ਬ੍ਰਾਂਚ ਦਾ ਤਜਰਬਾ, ਉਹਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਨੂੰ ਹੋਰ ਮੈਨ ਪਾਵਰ ਦਿੱਤੀ ਜਾਵੇ, ਭਾਵੇਂ ਉਹ ਹਾਇਰ ਕੀਤੀ ਜਾਵੇ, ਕੰਸਲਟੈਂਟ ਹਾਇਰ ਕੀਤੇ ਜਾਣ, ਤਾਂ ਕਿ ਉਹ ਆਪਣਾ ਕੰਮ ਹੋਰ ਬਿਹਤਰ ਤਰੀਕੇ ਨਾਲ ਕਰ ਸਕੇ। ਆਦੇਸ਼ ਵਾਪਸ ਨਹੀਂ ਹੁੰਦੇ, ਫਿਰ ਅਗਲਾ ਕਦਮ ਕੀ ਹੈਗਾ ਵਾ? ਮਤਲਬ ਅਸੀਂ ਬੈਠੇ ਹਾਂ, ਅੱਜ ਆਪਾਂ ਸਾਰਾ ਕੰਮ ਛੱਡ ਕੇ ਸਾਰੀਆਂ ਬ੍ਰਾਂਚਾਂ ਬੈਠੀਆਂ ਨੇ, ਜਦ ਤੱਕ ਆਦੇਸ਼ ਵਾਪਸ ਨਹੀਂ ਹੁੰਦੇ ਕੋਈ ਵੀ ਕੰਮ ਕਿਸੇ ਅਫਸਰ ਵੱਲੋਂ ਨਹੀਂ ਕੀਤਾ ਜਾਏਗਾ।